ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਪਰਲੋਕ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਮ੍ਰਿਤਕ ਪਿੱਛੋਂ ਇਹ ਰੀਤ ਕਰਾਵੋ, ਗੁਰੂ ਗ੍ਰੰਥ ਕਾ ਪਾਠ ਰਖਾਵੋ, ਪਾਵੋ ਭੋਗ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਹੇ ਸਭ ਝੜਦੇ ਮਹਾਂ ਆਕਾਂ ਅਨੁਸਾਰ ਰੱਖੇ ਗਏ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰੂ ਸਾਹਿਬ ਜੀ ਹੋਰਾਂ ਦੇ ਨਿੱਜੀ ਅਸਥਾਨ 'ਤੇ ਮਾਤਾ ਸੁਰਜੀਤ ਕੌਰ ਜੀ ਹੋਰਾਂ ਦੀ ਮਿੱਠੀ ਯਾਦ ਦੇ ਵਿੱਚ ਨਿਰੋਲ ਗੁਰਬਾਣੀ ਦਾ ਕੀਰਤਨ ਹੋਇਆ ਅਤੇ ਪ੍ਰਾਣੀ ਦੇ ਜਾਣ ਤੋਂ ਉਪਰੰਤ ਜਦੋਂ ਧੁਰਤੀ ਬਾਣੀ ਦਾ ਨਿਰੋਲ ਕੀਰਤਨ ਬਿਨਾਂ ਕਿਸੇ ਸਾਖੀ ਤੋਂ ਬਿਨਾਂ ਵਿਆਖਿਆ ਤੋਂ ਹੋ ਜਾਏ ਅਤੇ ਇਹ ਗੁਰਬਾਣੀ ਧੁਰ ਦਰਗਾਹ ਤੋਂ ਆਈ ਹੈ ਅਤੇ ਇਹਦੇ ਵਿੱਚ ਇੰਨੀ ਤਾਕਤ ਹੈ, ਇਹ ਵਿਛੜੀ ਹੋਈ ਰੂਹ ਨੂੰ ਪ੍ਰਾਣੀ ਦੀ ਆਤਮਾ ਨੂੰ ਅਤੇ ਗੁਰਬਾਣੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਸਹਾਇਤਾ ਕਰਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੀਬੀ ਸੁਰਜੀਤ ਕੌਰ ਜੀ ਹੋਰਾਂ ਦੀ ਆਤਮਾ ਨੂੰ ਆਪਣੇ ਪਾਵਨ ਪਵਿੱਤਰ ਚਰਨਾਂ ਦੀ ਅਭੇਤਾ ਬਖਸ਼ਿਸ਼ ਕਰਨ। ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਗੁਰੂ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ। ਸਮੇਂ ਦੀ ਸਮਾਪਤੀ ਹੈ ਅਤੇ ਆਓ ਪਿਆਰ ਦੇ ਨਾਲ ਮੈਂ ਬਾਕੀ ਨਾਵਾਂ ਤੋਂ ਸੰਕੋਚ ਕਰਦਾ ਹੋਇਆ ਸਿੱਧਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਉਪਰੰਤ ਗੁਰੂ ਸਾਹਿਬ ਜੀ ਹੋਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ ਨੇ ਪਾਇਆ ਸਤਿਗੁਰ ਨਾ ਪਾਇਆ ਸਹਿਜ ਸੇਤੀ ਮਨ ਮੱਚੀਆਂ ਵਰਤਾਈਆਂ ਰਾਗ ਰਤਨ ਪਰਵਾਰ ਕਰੀਆਂ ਸਤਿਗੁਰ ਗਾਵਣੀ ਆਈਆਂ ਸਭ ਦੁਆ ਗਾਹੋ ਹਰੀ ਕੇਰਾ ਮਨ ਜੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਵਾਹਿਗੁਰੂ ਜੀ ਕੇ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਦਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਨਕ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਕਲਾ ਆਪ ਜੀ ਦੇ ਵਾਸਤੇ ਜਿੰਨਾ ਖਜ਼ਾਨਿਆਂ ਚੋਂ ਰਸਤਾ ਬਸਤਾ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ ਆ ਸਮੇਂ ਜਿਸ ਵੀ ਮਾਈ ਭਾਈ ਨੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਹੈ ਸਰਬੱਤ ਦੀਆਂ ਹਾਜ਼ਰੀਆਂ ਪ੍ਰੇਮ ਭਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ
ਸਰਬੱਤ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਕਰੋ ਕਿਰਪਾ। ਐਸ ਸਮੇਂ ਦਰ ਰਹੀਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ਿਸ਼ ਕਰਕੇ ਕਰਤਾਰਤਾ ਦੇ ਦਾਨ ਬਖਸ਼ੋ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੇ ਸਰਨਾ ਤੁਮਾਰੀ ਆਸਾ, ਤੁਮੇ ਸਜਣ ਸਹਲੇ, ਰੱਖੋ ਰੱਖਣਾ ਦਿਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਦਾ ਸਰਦਾਰ ਜਗਜੀਤ ਸਿੰਘ ਬਰਾੜ ਸਾਹਿਬ ਨੂੰ ਕਿ ਉਹ ਆ ਕੇ ਆਪਣੀ ਅੱਜ ਦੀ ਰੋਣ ਗੁਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨਗੇ। ਸਰਦਾਰ ਜਗਜੀਤ ਸਿੰਘ ਬਰਾੜ ਸਾਹਿਬ ਤੇ ਅੱਜ ਸਾਡੀ ਭੈਣ ਤੇ ਜਿਹੜਾ ਰਿਸ਼ਤਾ ਸਾਡਾ ਕੋਟਲੀ ਅਬਲੂ ਨਾਲ ਇਸ ਪਿੰਡ ਨਾਲ ਬਹੁਤ ਨੇੜਤਾ ਦਾ ਹੈ। ਮੈਂ ਚੰਡੀਗੜ੍ਹ ਬੈਠਾ, ਕਹਿੰਦੇ ਅੱਜ ਤਾਂ ਕੇ ਕਟਾ ਲਓ, ਮੈਂ ਕਿਹਾ ਵੀ ਨਹੀਂ, ਭੋਗ ਅਟੈਂਡ ਕਰਕੇ ਉਹ ਤੋਂ ਬਾਅਦ ਸਤਿਗੁਰੂ ਬਖਸ਼ਿਸ਼ ਕਰਨ। ਮੈਂ ਇੰਨੇ ਸ਼ਬਦਾਂ ਨਾਲ ਜ਼ਿਆਦਾ ਸਮਾਂ ਲੈ ਗਿਆ, ਖਿਮਾ ਦਾ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ ਆਪਣੀ ਸੰਸਾਰਿਕ ਜ਼ਿੰਦਗੀ ਪੂਰੀ ਕਰਕੇ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਇਸ ਨਗਰ ਨੂੰ, ਸਾਥ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇਣਗੇ। ਮਾਤਾ ਜੀ ਦੇ ਚਲੇ ਜਾਣਾ ਜੋ ਸਤਿਗੁਰਾਂ ਦੇ ਹੱਥ ਵਿੱਚ ਹੈ, ਆਪਾਂ ਸਾਰੇ ਦੁੱਖ ਹੀ ਵੰਡਾ ਸਕਦੇ ਹਾਂ ਜਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ। ਵਾਹਿਗੁਰੂ ਅਕਾਲ ਪੁਰਖ ਮਿਹਰ ਭਰੇ ਹੱਥ ਰੱਖੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਉਹਨਾਂ ਨੂੰ ਆਪਣੇ ਚਰਨਾਂ 'ਚ ਸੁਰਗਾਂ 'ਚ ਨਿਵਾਸ ਸਥਾਨ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਰਨ ਲਿਖਾਏ ਮੰਡਲ ਮੇ ਆਏ ਦੇ ਮਹਾਵਾਕਾਂ ਅਨੁਸਾਰ ਹਰ ਇਨਸਾਨ ਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਜਿਹੜੀ ਕਿ ਅਟਲ ਸੱਚਾਈ ਅਤੇ ਕੜਵਾ ਸੱਚ ਹੈ। ਲੇਕਿਨ ਕਦੋਂ, ਕਿੱਥੇ, ਕਿਹੜੀ ਉਮਰੇ ਜਾਣਾ ਹੈ, ਕੀ ਜ਼ਿੰਦਗੀ 'ਚ ਘਾਲਣਾ ਵਾ, ਘਾਲ ਕੇ ਜਾਣੀ ਹੈ, ਇਸ ਗੱਲ ਦੀ ਕਿਸੇ ਨੂੰ ਵਾਕਫੀਅਤ ਨਹੀਂ ਹੋਈ। ਅੰਤ ਵਿੱਚ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਦੇਨ, ਦੇਵੋ ਸਚਨ ਅਸੀਸਰੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਪਰਮਾਤਮਾ ਕਿਰਪਾ ਕਰਨ, ਸਾਡੇ ਮਾਤਾ ਜੀ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਿੱਛੇ ਮੇਰੇ ਭਰਾਵਾਂ ਨੂੰ, ਭੈਣਾਂ ਨੂੰ, ਦੋਤਿਆਂ ਨੂੰ, ਪੋਤਰਿਆਂ ਨੂੰ, ਪੋਤਰੀਆਂ ਨੂੰ, ਨੋਹਾਂ ਨੂੰ ਔਰ ਖਾਸ ਕਰਕੇ ਇੱਥੇ ਪਹੁੰਚੇ ਨੇ ਸਰਦਾਰ ਕਰਮਜੀਤ ਸਿੰਘ ਜੀ ਗਹਿਰੀ, ਜੋ ਕਿ ਪ੍ਰਧਾਨ ਨੇ ਪੰਜਾਬ ਦੇ, ਔਰ ਉਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ। ਬੋਲਦਿਆਂ ਚੱਲਦਿਆਂ ਤੁਰੰਤ ਘੱਟ ਬੋਲਿਆ ਗਿਆ ਹੋਵੇ ਤਾਂ ਸਾਰੀ ਸਾਧ ਸੰਗਤ ਤੋਂ ਮਾਫ਼ੀ ਮੰਗਦੇ ਹਾਂ, ਕਿਉਂਕਿ ਇਨਸਾਨ ਗਲਤੀ ਦਾ ਪੁਤਲਾ ਹੈ। ਫਿਰ ਵੀ ਜੋ ਸਾਧ ਸੰਗਤ ਹੈ, ਬਖਸ਼ਣ ਯੋਗ ਹੁੰਦੀ ਹੈ। ਸਾਡੀ ਸਰਕਾਰ ਜੋ ਮਾਤਾ ਜੀ ਦਾ ਤੁਸੀਂ ਸ਼ਰਧਾ ਦੇ ਫੁੱਲ ਭੇਟਾ ਕਰਨਾ ਹੈ, ਤੁਹਾਡਾ ਬਹੁਤ ਬਹੁਤ ਪਰਿਵਾਰ ਵੱਲੋਂ ਇੱਕ ਵਾਰ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਦ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਐਸੇ ਹੀ ਐਸੇ, ਸੋ ਬੈਸ ਬਿਤਾਇਓ ਸਾਚ ਕਹੋਂ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਪ੍ਰੇਮ ਪ੍ਰਭ ਪਾਇਓ ਜਿਨ ਪ੍ਰੇਮ।
Thank you.
पिंपिरा Thank you.
ਘਰ ਦੇ ਅਨੰਦ ਸੇਵਕ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਪਰਲੋਕ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਮ੍ਰਿਤਕ ਪਿੱਛੋਂ ਇਹ ਰੀਤ ਕਰਾਵੋ, ਗੁਰੂ ਗ੍ਰੰਥ ਕਾ ਪਾਠ ਰਖਾਵੋ, ਪਾਵੋ ਭੋਗ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਹੇ ਸਭ ਝੜਦੇ, ਮਹਾਂਵਾਕਾਂ ਅਨੁਸਾਰ ਰੱਖੇ ਗਏ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰੂ ਸਾਹਿਬ ਜੀ ਹੋਰਾਂ ਦੇ ਨਿੱਜੀ ਅਸਥਾਨ ਤੇ ਮਾਤਾ ਸੁਰਜੀਤ ਕੌਰ ਜੀ ਹੋਰਾਂ ਦੀ ਮਿੱਠੀ ਯਾਦ ਦੇ ਵਿੱਚ ਨਿਰੋਲ ਗੁਰਬਾਣੀ ਦਾ ਕੀਰਤਨ ਹੋਇਆ ਤੇ ਪ੍ਰਾਣੀ ਦੇ ਜਾਣ ਤੋਂ ਉਪਰੰਤ ਜਦੋਂ ਧੁਰਕੀ ਬਾਣੀ ਦਾ ਨਿਰੋਲ ਕੀਰਤਨ ਬਿਨਾਂ ਕਿਸੇ ਸਾਖੀ ਤੋਂ ਬਿਨਾਂ ਵਿਆਖਿਆ ਤੋਂ ਹੋ ਜਾਏ ਤੇ ਇਹ ਗੁਰਬਾਣੀ ਧੁਰ ਦਰਗਾਹ ਤੋਂ ਆਈ ਹੈ ਤੇ ਇਹਦੇ ਵਿੱਚ ਇੰਨੀ ਤਾਕਤ ਹੈ ਇਹ ਵਿਛੜੀ ਹੋਈ ਰੂਹ ਨੂੰ ਪ੍ਰਾਣੀ ਦੀ ਆਤਮਾ ਨੂੰ ਇਹ ਗੁਰਬਾਣੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਸਹਾਇਤਾ ਕਰਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਬੀਬੀ ਸੁਰਜੀਤ ਕੌਰ ਜੀ ਹੋਰਾਂ ਦੀ ਆਤਮਾ ਨੂੰ ਆਪਣੇ ਪਾਵਨ ਪਵਿੱਤਰ ਚਰਨਾਂ ਦੀ ਅਭੇਤਤਾ ਬਖਸ਼ਿਸ਼ ਕਰਨ। ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਗੁਰੂ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ। ਸਮੇਂ ਦੀ ਸਮਾਪਤੀ ਹੈ ਅਤੇ ਆਓ ਪਿਆਰ ਦੇ ਨਾਲ ਮੈਂ ਬਾਕੀ ਨਾਵਾਂ ਤੋਂ ਸੰਕੋਚ ਕਰਦਾ ਹੋਇਆ ਸਿੱਧਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਉਪਰੰਤ ਗੁਰੂ ਸਾਹਿਬ ਜੀ ਹੋਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰੂ ਨਾ ਪਾਇਆ ਸਹਿਜ ਸੇਤੀ ਮਨ ਮੱਚੀਆਂ ਵਰਤਾਈਆਂ ਰਾਗ ਰਤਨ ਕਉ ਪਾਰ ਕਰੀਆਂ ਸਤਿ ਸਗਾਵਣੀ ਆਈਆਂ ਸ਼ਬਦ ਦੁਆ ਦਾ ਹੋ ਹਰੀ ਕਿਹਾ ਮਨ ਜਿਨੀ ਵਸਾਇਆ ਗਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ
ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਨਕ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਾਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਰੰਗਣ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਮਾਤਾ ਸੁਰਜੀਤ ਕੌਰ ਪਤਨੀ ਸਵਰਗਵਾਸੀ ਸਰਦਾਰ ਨਿਰਭੈ ਸਿੰਘ ਸੱਚੇ ਪਾਤਸ਼ਾਹ ਜੀ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਆਪ ਜੀ ਦੇ ਹੁਕਮ 'ਚ ਰਹਿੰਦੇ ਹਾਂ ਸਵਾਸਾਂ ਦੀ ਪੂਰਤੀ ਕਰਦੇ ਹੋਏ ਕੁਝ ਸਮੇਂ ਤੋਂ ਪ੍ਰਲੋਕ ਗਮਨ ਕਰ ਗਏ ਸਨ ਤਿੰਨਾਂ ਦੇ ਨਿਮਿਤ ਸਹਿਜ ਪਾਠ ਬਾਣੀ ਦੇ ਭੋਗ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਿੱਜ ਸਥਾਨਾਂ ਤੇ ਨਿਰੋਲ ਗੁਰਬਾਣੀ ਕੀਰਤਨ ਹੋਇਆ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਕੀਰਤਨ ਕਰਦੇ ਹਾਂ ਹੋਰ ਬੇਨਤ ਸਮਾਨ ਨਿਭਾਉਂਦੇ ਹਾਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸੁਭਾਵਕ ਨੇ ਅਣਜਾਣ ਜੇ ਸੇਵਕ ਸਮਝ ਕੇ ਬਖਸ਼ ਲੈਣਾ ਜੀ ਅਗਾਹਾਂ ਤੋਂ ਸਮਰਥ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਭੋਗਾਂ ਨੂੰ ਸੰਬੰਧਿਤ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਉੱਪਰ ਸੋਹਣੇ ਜੇ ਪੁਸ਼ਾਕੇ ਪਹਿਨਾਏ ਗਏ ਹਨ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਕਲਾ ਆਪ ਜੀ ਦੇ ਵਾਸਤੇ ਜਿੰਨਾ ਖਜ਼ਾਨਿਆਂ ਚੋਂ ਰਸਤਾ ਬਸਤਾ ਆਈਆਂ ਸੁੱਖ ਜਾਣੇ ਭਰਪੂਰ ਕਰਨੇ ਆ ਇਸ ਸਮੇਂ ਜਿਸ ਵੀ ਮਾਈ ਭਾਈ ਨੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਹੈ ਸਰਬੱਤ ਦੀਆਂ ਹਾਜ਼ਰੀਆਂ ਪ੍ਰੇਮ ਭਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਕਰੋ ਕਿਰਪਾ ਐਸ ਸਮੇਂ ਦਰ ਰਹੀਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ਿਸ਼ ਕਰਕੇ ਕਰਤਾਰਤਾ ਦੇ ਦਾਨ ਬਖਸ਼ੋ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈਆ ਕਾਲ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝੈ ਖੋਜ ਸੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
एक मन पुरख त्याय बरदाता संत सार सदा विख्याता पास चरण लहरदय बसावों तो परम गुरु नानक गुण गाओं गाओ गुण परम गुरु सुख सागर दुर्त निवारण शब्द सरे गावै गंभीर तीर मत सागर जोगी जंगम ध्यान तरे गावै दराद भगत प्रहलादक आत्म रस जिन जान्यो कब कल सो जस गावो गुर नानक राज जोग जिन क्या तू सोया जागे आना तै जीवन जग सच कर जाना सतनाम वाहिगुरु साहिब जी तनासरी महला पंजवा तुम दाते ठाकुर प्रतपालक नायक खसम हमारे निमख निमख तुम्हें प्रतपाल हम बारक तुम्हारे तारे तुम दाते ठाकुर प्रतपालक नायक खसम हमारे निमख निमख तुम्हें प्रतपाल हम बारक तुम्हारे तारे जेवा एक कवन गुण कहिए बेसुमार बेअंत स्वामी तेरो अंत ना के नहीं लिए राव कोट प्राद हमारे खंडो अनक विधि समझाओ हमें अज्ञान अल्प मत थोरी तुम्हें अपना बिरद रखाओ तुम्हारी शरण तुम्हारी आशा तुम्हें सजन सुहेले राखो राखन हार दयाला नानक करके गोले तुम्हारी शरण तुम्हारी आशा तुम्हें सजन सुहेले राखो राखन हार दयाला नानक करके गोले वाहिगुरु जी का खालसा वाहिगुरु जी की फतेह। तुम दाते ठाकुर प्रतपालक सरदार जसवीर सिंह जी सरदार जसविंदर सिंह जी शेखों सरदार गुरमुख सिंह जी शेखों घर दिया नूह राणिया बीबी मनप्रीत कौर जी शेखों जसप्रीत कौर हरप्रीत कौर शेखों जिथे सपुत्रां दा हक आया उत्थे मूहां दा अते धी राणिया बीबी बलजीत कौर रमिंदर कौर परमिंदर कौर सरदार जगतार सिंह जी सरदार जोगिंदर सिंह जी सरदार जगदीश सिंह जी गुरु साहिब जी कृपा करन समूह परिवार दे सिर ते अपना मेरे भरिया हथ रखन समा इजाजत नहीं दे रहा भी मैं कोई इस तो अगे गल करा। मैनू खेड़ा साहब जी का फोन आ गया सरदार जगमीत सिंह जी बराड़ होरां दे वास्ते भी उन्होंने एक्सीडेंट हो गया तो उस वेले परमेशर के चरणों के अरदास बेनती की
ਨੇੜੇ ਨਹੀਂ ਦੂਰ ਪ੍ਰਭ ਆਤਮਾ ਰਹਿਆ ਭਰਪੂਰ ਸਾਧ ਸੁਣਦਾ ਸਾਧ ਵੇਖਦਾ ਕਿਉਂ ਮੁਕਰ ਪਿਆ ਜਾਏ ਸ਼ੋਕ ਮਈ ਸਮਾਗਮ ਹੈ ਮਾਤਾ ਜੀ ਹੋਰਾਂ ਦੀ ਮਿੱਠੀ ਯਾਦ ਦੇ ਵਿੱਚ ਇਹ ਲੋਕਾਂ ਦੀ ਆਵਾਜ਼ ਨੇ ਸਰਦਾਰ ਜਗਮੀਤ ਸਿੰਘ ਜੀ ਬਰਾੜ ਜੇ ਖਿਤਾਬ ਦੇ ਦਿੱਤਾ ਤੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਸੂਬਾ ਸਿੰਘ ਜੀ ਦਾ ਸਰਦਾਰ ਜਗਮੀਤ ਸਿੰਘ ਜੀ ਬਰਾੜ ਹੋਰਾਂ ਨੇ ਮੈਨੂੰ ਅੱਜ ਆਤਮਾ ਦੇਵ ਦੀ ਪੂਜਾ ਕਰਨੀ ਪਈ ਕੱਲ ਤੇ ਮੈਂ ਅਰਦਾਸ ਬੇਨਤੀ ਕੀਤੀ ਮੈਂ ਸਮਝਦਾ ਵੀ ਉਹ ਕੀਤੀ ਹੋਈ ਜੀਵਨ ਬਖਸ਼ਿਸ਼ ਕਰਨ ਮੈਂ ਹੁਣ ਇਹਨਾਂ ਬੇਨਤੀਆਂ ਦੇ ਨਾਲ ਬੇਨਤੀ ਕਰਾਂਗਾ ਡਾਕਟਰ ਸਿਕੰਦਰ ਸਿੰਘ ਜੀ ਫੂਲਕੋਟ ਜੋ ਸਟੇਟ ਦੀ ਸੇਵਾ ਦੇ ਵਾਸਤੇ ਰੈਡੀ ਨੇ ਆਓ ਉਹਨਾਂ ਦਾ ਸਮਾਂ ਸਤਾਰਤ ਹੈ ਬੇਨਤੀ ਕਰਾਂਗਾ ਉਹਨਾਂ ਨੂੰ ਜੋ ਕਿ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਹੋਏ ਪੰਚ ਸਰਪੰਚ ਨੰਬਰਦਾਰ ਸਾਹਿਬਾਨ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਹੋਰ ਸਾਡੇ ਸਤਿਕਾਰਯੋਗ ਭੈਣਾਂ ਬਾਈ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲਿਆ ਜੇਕਰ ਅੱਜ ਅਸੀਂ ਸਾਡੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਦੇ ਜੀਵਨ ਤੇ ਨਜ਼ਰ ਮਾਰੀਏ ਤਾਂ ਵੀਰੋ ਐਸਾ ਦਾਮਨ ਐਸਾ ਸੱਚਾ ਸੁੱਚਾ ਜੀਵਨ ਤਕਰੀਬਨ ਮੇਰਾ 35-38 ਸਾਲ ਦਾ ਇਸ ਪਰਿਵਾਰ ਦੇ ਨਾਲ ਵਾਹ ਹੈ ਦੁਨੀਆਂ ਦੇ ਉੱਤੇ ਨਹੀਂ ਦੇਖਿਆ ਮੈਂ ਜਿੰਨਾ ਸੱਚਾ ਸੁੱਚਾ ਜੀਵਨ ਇਸ ਸਤਿਕਾਰਯੋਗ ਭੈਣ ਨੇ ਤੇ ਮਾਤਾ ਨੇ ਬਿਤਾਇਆ ਔਰ ਉਸ ਤੋਂ ਵਧੀਆ ਜੀਵਨ ਸਰਦਾਰ ਨਰਪੈ ਸਿੰਘ ਜਿਨ੍ਹਾਂ ਨੇ ਪਿੰਡ ਦੀ ਰਿਸ਼ਤੇਦਾਰੀ ਵੀ ਹੋਈ ਔਰ ਨਾਲ ਸਰਪੰਚੀ ਦੀ ਵੀ ਸੇਵਾ ਕੀਤੀ ਅੱਜ ਉਹਨਾਂ ਦੇ ਬੇਟੇ ਭਾਣਜਾ ਸਾਡਾ ਜਸਵਿੰਦਰ ਸਿੰਘ ਔਰ ਛੋਟੇ ਜਿਨ੍ਹਾਂ ਨੂੰ ਅਸੀਂ ਜਸਵੀਰ ਸਿੰਘ ਕਹਿ ਦਿੰਦੇ ਹਾਂ ਉਹ ਵੀ ਸੇਵਾ ਨਿਭਾ ਰਹੇ ਜਿੱਥੋਂ ਤੱਕ ਮਾਂ ਦਾ ਤਾਲੁਕਾ ਤਾਂ ਵੀਰੋ ਮਾਂ ਦਾ ਲਫ਼ਜ਼ ਲਿਖਣ ਬੋਲਣ ਦੇ ਵਿੱਚ ਬਹੁਤ ਛੋਟਾ ਹੈ ਪਰ ਜੇਕਰ ਇਸ ਦੇ ਪਿਆਰ ਦੇ ਤੰਦਾਂ ਨੂੰ ਮਿਲੀਏ ਅਸਮਾਨ ਕਿੰਨਾ ਉੱਚਾ ਕਿੰਨਾ ਲੰਮਾ ਹੈ ਕਿੰਨਾ ਚੌੜਾ ਹੈ ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੈ ਪਰ ਜੇਕਰ ਮਾਂ ਦੇ ਪਿਆਰ ਦੇ ਤੰਦਾਂ ਨੂੰ ਮਿਲੀਏ ਤਾਂ ਇਹਦੇ ਅੱਗੇ ਸਾਰੇ ਪੈਮਾਨੇ ਹੈ ਜਿਹੜੇ ਵੀਰੋ ਛੋਟੇ ਪੈ ਜਾਂਦੇ ਆ ਸਾਡੀ ਸਰਕਾਰ ਜੋ ਭੈਣ ਦਾ ਮਾਤਾ ਸੁਰਜੀਤ ਕੌਰ ਜੀ ਦਾ ਜੀਵਨ ਇਸ ਹੋਰ ਕਲਚਰ ਦੇ ਵਿੱਚ ਇੱਕ ਬਹੁਤ ਵਧੀਆ ਚਿੱਠੀ ਚੱਲਦਾ ਆਪਣਾ ਆਪਦਾ ਪਰਿਵਾਰ ਨਹੀਂ ਵੀਰੋ ਪੜਦਾ ਤਾਂ ਇਸ ਭੈਣ ਨੇ ਪਰਿਵਾਰ ਨੇ ਇਸਨੇ ਗਰੀਬ ਪਰਿਵਾਰ ਨੇ ਘਰੇ ਲੜਕੀਆਂ ਰੱਖ ਕੇ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਘਰ ਦੇ ਕੰਮ ਸਿਖਾਏ ਤੇ ਉਸ ਤੋਂ ਬਾਅਦ ਆਪਣੀਆਂ ਬੇਟੀਆਂ ਬਣਾ ਕੇ ਉਹਨਾਂ ਦੀਆਂ ਸ਼ਾਦੀਆਂ ਵੀ ਕੀਤੀਆਂ ਬਹੁਤ ਵੱਡੀ ਗੱਲ ਹੈ ਸੋ ਅਸੀਂ ਜ਼ਿਆਦਾ ਸਮਾਂ ਬਹੁਤ ਹੋ ਚੁੱਕਿਆ ਕਿਉਂਕਿ ਸੰਗਤ ਬਹੁਤ ਬੈਠੀ ਹੈ ਬਾਣੀ ਦਾ ਫਰਮਾਨ ਹੈ ਕਿ ਜਨਮੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਰਹੇ ਬਾਜ ਹੀ ਕਾਹੇ ਗਵਾਵੇ ਨੂਰ ਇਸ ਮਾਤਾ ਨੇ ਆਪਣੀ ਮਾਂ ਦੀ ਕੁੱਖ ਵੀ ਸੌਖਰੀ ਕੀਤੀ ਬਾਪ ਦਾ ਵੀ ਦਾਮਨ ਸਾਫ ਕੀਤਾ ਕਿ ਐਸਾ ਜੀਵਨ ਬਤੀਤ ਕੀਤਾ ਕਿ ਅੱਜ ਤੱਕ ਮਰਦੇ ਦਮ ਤੱਕ ਵੀ ਇਸ ਘਰ ਦੇ ਵਿੱਚੋਂ ਕੋਈ ਵੀ ਸਵਾਲੀ ਆਇਆ ਉਹ ਖਾਲੀ ਨਹੀਂ ਹੈ ਚਾਹੇ ਉਹ ਕੋਈ ਪੱਠਿਆਂ ਵਾਲਾ ਆ ਗਿਆ ਚਾਹੇ ਕੋਈ ਲੀੜੇ ਕੱਪੜੇ ਵਾਲਾ ਆ ਗਿਆ ਚਾਹੇ ਕੋਈ ਖਾਣ ਪੀਣ ਵਾਲਾ ਆ ਗਿਆ ਕਿਸੇ ਸ਼ਾਦੀ ਦੀ ਲੜਕੀ ਦੀ ਸ਼ਾਦੀ ਹੈ ਉਸ ਦੇ ਵਾਸਤੇ ਕੋਈ ਆ ਗਿਆ ਤਾਂ ਇਸ ਪਰਿਵਾਰ ਦੇ ਵਿੱਚੋਂ ਅੱਜ ਤੱਕ ਕੋਈ ਸਵਾਲੀ ਖਾਲੀ ਨਹੀਂ ਹੈ ਤਾਂ ਇਸ ਭੈਣ ਦਾ ਜਿਹੜਾ ਹੱਥ ਸੀ ਉਹ ਸਦਾ ਇੱਕ ਦੇਵਤਿਆਂ ਵਾਲਾ ਹੱਥ ਸੀ ਜਿਸ ਤਰ੍ਹਾਂ ਬੋਲਿਆ ਗਿਆ ਗੁਰਬਾਣੀ ਦਾ ਪ੍ਰਮਾਣ ਦਿੱਤਾ ਗਿਆ ਕਿ ਜਨਮੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਰਹੇ ਬਾਂਝ ਹੀ ਕਾਹੇ ਗਵਾਵੇ ਲੋਕ ਤਾਂ ਸਾਡੇ ਸਰਕਾਰ ਜੋ ਮਾਤਾ ਜੀ ਦੀ ਮਾਤਾ ਨੇ ਇਸ ਮਾਤਾ ਨੂੰ ਤਿੰਨੇ ਖਿਤਾਬ ਵੀ ਦੇ ਦਿੱਤੇ ਉਹਨਾਂ ਨੇ ਟੱਕਿਆ ਸੀ ਇੱਕ ਦਿਓ ਪਰ ਇਹ ਨੂੰ ਤਿੰਨੇ ਦੇ ਦਿੱਤੀ ਕਿਉਂਕਿ ਭਗਤ ਵੀ ਸੀ ਦਾਨੀ ਵੀ ਸੀ ਤੇ ਸੂਰਮੈ ਵੀ ਸੀ ਕਿਉਂਕਿ ਜਦੋਂ ਕਿਸੇ ਵੀ ਗਰੀਬ ਦੀ ਲੜਕੀ ਦੀ ਸ਼ਾਦੀ ਵਗੈਰਾ ਹੁੰਦੀ ਸੀ ਤਾਂ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਂਦੇ ਸੀ ਇਸ ਕਰਕੇ ਅੱਜ ਇਹ ਪਰਿਵਾਰ ਇਸ ਮਾਤਾ ਦੇ ਪਿਆਰ ਤੋਂ ਵਾਂਝਾ ਹੋ ਗਿਆ ਪਰ ਮੌਤ ਇੱਕ ਐਸੀ ਆਖਰੀ ਦਰਵਾਜ਼ਾ ਹੈ ਅਟਲ ਸੱਚਾਈ ਹੈ ਜਿਹਦੇ ਵਿੱਚ ਕਿ ਹਰ ਇੱਕ ਇਨਸਾਨ ਨੂੰ ਇੱਕ ਰਹਿਤ ਦਾ ਲੰਘਣਾ ਪੈਂਦਾ ਸਰਦਾਰ ਸੂਬਾ ਸਿੰਘ ਜੀ ਨੇ ਰਾਗੀ ਸਾਹਿਬ ਨੇ ਵਿਰਾਗਮਈ ਕੀਰਤਨ ਕੀਤਾ ਔਰ ਆਪਾਂ ਨੂੰ ਮੌਤ ਦੇ ਫਰਸ਼ ਤੋਂ ਜਨਮ ਕਰਾਇਆ
ਬਹੁਤ ਵੱਡੀ ਤਦਾਦ ਦੇ ਵਿੱਚ ਸਭ ਸੰਗਤ ਰਿਸ਼ਤੇਦਾਰ ਦੋਸਤ ਮਿੱਤਰ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੈ। ਜੇਕਰ ਬੁਲਾਰਿਆਂ ਦੀ ਬੇਨਤੀ ਕਰੀਏ ਤਾਂ ਮੈਥੋਂ ਲਿਖੇ ਨਹੀਂ ਗਏ ਕਿ ਇੰਨੇ ਬੁਲਾਰੇ ਪੈਂਪਰਾ ਪਹੁੰਚੇ ਹੈ, ਪਰ ਸਮੇਂ ਦੀ ਨਜ਼ਾਰਤ ਨੂੰ ਮੁੱਖ ਰੱਖਦਿਆਂ ਸਿਰਫ ਦੋ ਤਿੰਨ ਬੁਲਾਰੇ ਹੀ ਅਸੀਂ ਬੁਲਾਵਾਂਗੇ। ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਨੂੰ ਜ਼ਰੂਰ ਮੁੱਖ ਰੱਖਣਗੇ। ਸਭ ਤੋਂ ਪਹਿਲਾਂ ਮੈਂ ਸਤਿਗੁਰ ਦੇ ਅੱਗੇ ਅਰਦਾਸ ਦੁਆ ਵੀ ਕਰਦਾ ਕਿ ਸਾਡੇ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਪਹੁੰਚੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀ। ਪਰਮਾਤਮਾ ਦੇ ਅੱਗੇ ਵੀ ਅਰਦਾਸ ਹੈ ਕਿ ਬਾਅਦ ਇਹਨਾਂ ਦੀ ਉਮਰ ਲੰਬੀ ਕਰੇ, ਇਹਨਾਂ ਨੂੰ ਤੰਦਰੁਸਤੀ ਦੇਵੇ। ਸੋ ਮੈਂ ਬੇਨਤੀ ਕਰਦਾ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਨੂੰ ਕਿ ਉਹ ਆ ਕੇ ਆਪਣੀ ਹਾਜ਼ਰੀ ਰਹਾਉਣਗੇ ਔਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨਗੇ। ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਪਾਵਨ ਪਵਿੱਤਰ ਗੋਦ ਵਿੱਚ ਅੱਜ ਦੇ ਇਸ ਅਤਿਅੰਤ ਸ਼ੋਕਮਈ ਸਾਡੀ ਬਹੁਤ ਸਤਿਕਾਰਤ ਵੱਡੀ ਭੈਣ ਸੁਰਜੀਤ ਕੌਰ ਹੋਰਾਂ ਦੀ ਅੰਤਮ ਅਰਦਾਸ 'ਤੇ ਇਕੱਤਰਿਤ ਹੋਏ ਮਾਈ ਭਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅਫਸੋਸ ਦਾ ਸਮਾਂ, ਲੇਕਿਨ ਜਿੱਡੀ ਭਾਰੀ ਗਿਣਤੀ ਵਿੱਚ ਸਾਧ ਸੰਗਤ ਨੇ ਪਹੁੰਚ ਕੇ ਅੱਜ ਇਸ ਦੁੱਖ ਤੇ ਪੀੜ ਦੇ ਸਮੇਂ ਵਿੱਚ ਪਰਿਵਾਰ ਨਾਲ, ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਨਾਲ, ਪਿੰਡ ਤੇ ਇਲਾਕੇ ਨਾਲ ਅਫਸੋਸ ਸਾਂਝਾ ਕੀਤਾ, ਉਹ ਇਸ ਮਹਾਨ ਆਤਮਾ ਦੇ ਜੀਵਨ ਦਾ ਬਿਰਤਾਂਤ ਔਰ ਸਾਰ ਅੰਸ਼ ਹੈ ਇਸ ਪਰਿਵਾਰ ਦੀ ਸੇਵਾ ਦਾ। ਬਾਣੀ ਦਾ ਵਾਕ ਹੈ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਸੂਬਾ ਸਿੰਘ ਜੀ ਹੋਰਾਂ ਨੇ ਕੀਰਤਨ ਜਥੇਦਾਰ ਸਾਹਿਬ ਔਰ ਉਹਨਾਂ ਦੇ ਜਥੇ ਨੇ ਜੋ ਕੇਵਲ ਭਾਰਤ ਵਿੱਚ ਨਹੀਂ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਕੀਰਤਨ ਦੇ ਮਹਾਰਾਜ ਦੀ ਕਿਰਪਾ ਨਾਲ ਮਹਾਰਥੀ ਹਨ, ਗੁਣਗੁਣਾਉਂਦੇ ਹਨ ਸਤਿਗੁਰਾਂ ਦੇ ਬੋਲ, ਗੁਰਬਾਣੀ ਦੀ ਮਹਾਨ ਜੋ ਪਰਵਾਹ ਸਤਿਗੁਰਾਂ ਨੇ ਬਖਸ਼ਿਆ, ਉਹਨਾਂ ਨੇ ਵੈਰਾਗਮਈ ਕੀਰਤਨ ਕੀਤਾ। ਮੇਰੀ ਮੁੱਢਲੀ ਯਾਦ ਆਪਣੀ ਭੈਣ ਦੀ 1980 ਦੀ ਹੈ, ਜਦੋਂ ਇਸ ਇਲਾਕੇ ਦੇ ਸਿਰ ਕੱਢ ਜਰਨੈਲ ਜ਼ੁਬਾਨ ਆਪਣੀ ਜ਼ੁਬਾਨ ਦੇ ਪੂਰੇ ਔਰ ਲੋਕਾਂ ਦੇ ਹਿੱਤਾਂ ਵਿੱਚ ਹਮੇਸ਼ਾ ਤਤਪਰ ਰਹਿਣ ਵਾਲੇ ਸਨ ਭੈ ਸਿੰਘ ਹੋਰੀ ਔਰ ਉਹਨਾਂ ਦੇ ਪਰਿਵਾਰ ਨਾਲ। ਇਹਨਾਂ ਕੋਠਿਆਂ ਵਿੱਚ ਜਦੋਂ ਮੇਰੇ ਮਾਤਾ ਜੀ ਨੂੰ ਤੇ ਮੇਰੀਆਂ ਭੈਣਾਂ ਤੇ ਪਰਿਵਾਰ ਨੂੰ ਘਰ ਘਰ ਜਾ ਕੇ ਵੋਟ ਦੀ ਅਪੀਲ ਕਰਨ ਲਈ ਬੇਨਤੀ ਕੀਤੀ ਗਈ ਸੀ, ਉਦੋਂ ਸੁਰਜੀਤ ਕੌਰ ਹੋਰੀ ਉਸ ਲੇਡੀਜ਼ ਦੇ ਤੇ ਸਰਕਾਰੀ ਉਹ ਭੈਣਾਂ ਮਾਤਾਵਾਂ ਦੇ ਜਥੇ ਵਿੱਚ ਸਭ ਤੋਂ ਵੱਧ ਸਰਗਰਮ ਸਨ, ਕਿਉਂਕਿ ਸਰਪੰਚ ਸਾਹਿਬ ਤੇ ਉਹਨਾਂ ਦੇ ਸਾਥੀ ਇੱਥੇ ਕਈ ਪੁਰਾਣੇ ਬੈਠੇ ਹੈ ਜਿਨ੍ਹਾਂ ਦਾ ਇੱਕ ਗੋਲਡਨ ਪੀਰੀਅਡ ਸੀ ਪੋਲੀਟਿਕਸ ਦਾ, ਜਦੋਂ ਨਿੱਜੀ ਲਾਲਚ ਕੋਈ ਨਹੀਂ ਸੀ, ਜਦੋਂ ਆਪਦੇ ਨਿੱਜੀ ਮੂਹਰੇ ਹਮੇਸ਼ਾ ਇਸ ਪਰਿਵਾਰ ਨੇ ਰੱਖੇ। ਔਰ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਇੱਕ ਥਾਂ ਤੇ ਨਹੀਂ, ਮੈਨੂੰ ਤਾਂ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ, ਪੰਜਾਬ ਦੇ ਵਡੇਰੇ ਹਿੱਤਾਂ ਵਿੱਚ, ਪੰਜਾਬ ਦੀਆਂ ਫੈਸਲਾ ਕੁਲ ਲੜਾਈਆਂ ਵਿੱਚ, ਪੰਜਾਬ ਦੇ ਪਾਣੀਆਂ ਲਈ, ਔਰ ਅਨੇਕਾਂ ਵਾਰ ਇਸ ਇਲਾਕੇ ਵਿੱਚ ਜਦੋਂ ਕਈ ਵਾਰ ਫਸਲ ਤਬਾਹ ਹੋ ਜਾਣੀ, ਜਿਵੇਂ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਈ ਸਥਾਨਾਂ ਤੇ ਜੋ ਕਿਸਾਨ ਦੀ ਕਿਰਤ ਹੈ, ਜੋ ਅੰਤਲੀ ਸਤਹ ਹੁੰਦੀ ਹੈ ਇਨਸਾਨ ਦੀ ਜ਼ਿੰਦਗੀ ਦੀ ਕਿਰਤ ਦੀ, ਉਹਨੂੰ ਅੱਗ ਲੱਗੀ ਹੈ ਕਣਕਾਂ ਨੂੰ ਕਈ ਸਥਾਨਾਂ ਤੇ। ਮੈਂ ਚਰਨਾਰਥਨ ਪਿੰਡ ਦੇ ਉਹਨਾਂ 14 ਪਿੰਡਾਂ ਦੇ ਵਿੱਚ ਵੀ ਮੈਨੂੰ ਦੋਸਤਾਂ ਮਿੱਤਰਾਂ ਨੇ
कि कोई भी हुकूमत होवे जिन्ना ध्यान इस धरती दे अन्नदाते वल धरती दे खेत मजदूर वल समय दियां हुकूमतां नूं करना चाहिदा है। असीं तां अपील ही कर सकदे हैं, बेनती कर सकदे हैं कि पहल दे आधार ते इलाके विच कोई नुकसान दा इन्हां समाज सेवियां दी अंतम अरदास ते सब तो ढुकवीं गल इहो होएगी कि परिवारां ते जीआं दा जिन्हां दा नुकसान होया है उन्हां दी भरपाई होवे और आउण वाले समय विच जदों पंजाब एक ऐसे मरहले ते पहुंच गया जदों हुण अंतम लड़ाई लड़नी पैणी की है आवाम दी उसकी मुड़ बहाली ले पंजाब के लोगों की जो फैसला कुन जदोजहद जिस बारे कदे कवि शाह मुहम्मद ने कहा जंग हिंद पंजाब ना होण लगा दोहे पातशाही फौजा भारिया ने अज गुरु रामदास के लंगर से टैक्स लग जाए अज गुरु नानक की झोड़ी विच हार पाया जावे हिंदुस्तान दे टैक्स दा केंद्र दी ये जरूरत हो जाए कि हरि मंदिर जिसका नींव पत्थर रखिया सैयद मियां मीर ने उपदेश चौ वर्णों को साझा जिथे सात पात का खात्मा किया होवे जिथे गलत कदरां कीमतां दा खात्मा कीता होवे जिन्हों अबदालियां तुरानियां तुरानियां अफगानियां ने टाया होवे उस मंदिर ते केंद्र दी हुकूमत वल्लों टैक्स लाया जाना। गुरु तेग बहादुर साहब दी जिंदगी विच मैं लंबा नहीं जाना चाहुंदा क्योंकि कुछ आंशक ते विचारक गल्लां उन्हां लोकां दे ज़हन विच पैणियां चाहीदियां जो आने वाली पीढ़ियां के वारस सन। अज ज्ञान सिंह इकनोमिक्स का पंजाब का सब तो बड़ा विद्वान है ज्ञान सिंह मनमोहन सिंह जी वर्गा कैलीबर रखता है डबल एम ए पी एच डी गोल्ड मैडलिस्ट साधारण किसान का पुत है उदा। और ये कह रहे हैं कि साढ़े हिंदुस्तान का जी डी पी ग्रोथ बड़ा बढ़ गया है वध्या नहीं वह कहता 1% ਲੋਕਾਂ ਕੋਲੇ ਹਿੰਦੁਸਤਾਨ ਦੀ 76% ਦੌਲਤ ਕੁਝ ਕੁ ਪਰਿਵਾਰਾਂ ਕੋਲ ਚਲੀ ਗਈ ਹੈ ਸਿਰਫ ਇਹ ਤਰੱਕੀ ਕੀਤੀ ਹੈ ਹਿੰਦੁਸਤਾਨ ਨੇ ਇਹ ਗਿਆਨ ਸਿੰਘ ਲਿਖ ਰਿਹਾ ਹੈ ਜਗਮੀਤ ਸਿੰਘ ਨਹੀਂ ਕਹਿ ਰਿਹਾ ਜੋ ਪੰਜਾਬ ਦਾ ਆਰਥਿਕ ਸਭ ਤੋਂ ਵੱਡਾ ਮਹਾਂ ਇਹ ਚਿੰਤਾ ਦੇ ਵਿਸ਼ੇ ਹੈ ਮੈਂ ਅੱਜ ਆਪਣੀ ਭੈਣ ਦੇ ਅੰਤਮ ਅਰਦਾਸ ਤੇ ਜਿਹੜੀ ਲੀ ਜਿਹੜੀ ਕੜੀ ਜਿਹੜੀ ਉਹਨਾਂ ਇਮਾਨਦਾਰੀ ਦੇ ਮੁਜੱਸਮਿਆਂ ਮੈਂ ਨਿਰਭੈਸ ਉਹਨੂੰ ਇੱਕ ਵਾਰੀ ਨਹੀਂ ਦੇਖਿਆ ਉਹਦੇ ਭਾਈ ਨੂੰ ਬਹਿਬਲ ਤੇ ਇਹਨਾਂ ਇੱਕ ਵਾਰੀ ਨਹੀਂ ਦੇਖਿਆ ਉਹਨਾਂ ਦੇ ਪੁੱਤਰਾਂ ਪੋਤਰਿਆਂ ਧੀਆਂ ਭੈਣਾਂ ਮਾਤਾਵਾਂ ਨੂੰ ਇਹ ਸਾਡੇ ਸਮਾਜ ਦੇ ਮੀਰੇ ਕਾਰਵਾਂ ਆਗੂ ਹੈ ਜਿਨ੍ਹਾਂ ਨੇ ਸੇਵਾ ਕੀਤੀ ਪਿੰਡ ਤੇ ਨਗਰ ਦੀ ਮੈਂ ਆਪਣੀ ਹੋਵੇ ਜਿਹੜਾ ਇੱਥੋਂ ਦੇ ਖੇਤ ਮਜ਼ਦੂਰ ਤੇ ਗਰੀਬ ਲਈ ਹੋਵੇ ਔਰ ਜਿਹੜਾ ਅਜਿਹੀਆਂ ਨੀਤੀਆਂ ਮਤ ਹੋ ਗਏ ਇਹ ਜ਼ਰੂਰਤ ਕਿਵੇਂ ਹੋ ਗਈ ਸੈਂਟਰ ਦੀ ਸਰਕਾਰ ਦੀ ਕਿ ਜੀਐਸਟੀ 24% ਜਿੱਥੇ ਲੰਗਰ ਲੋਕ ਦਾਨ ਦਿੰਦੇ ਹੈ ਤੁਸੀਂ ਬਰਤਨ ਮਾਂਜਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆ ਕੇ ਲੰਗਰਾਂ ਦੀ ਸੇਵਾ ਕਰਦੇ ਹੈ ਜਿੱਥੇ ਜੋੜੇ ਝਾੜਦੇ ਹੈ ਉੱਥੇ ਲੰਗਰਾਂ ਤੇ ਟੈਕਸ ਇਸ ਕਰਕੇ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਸੁਰਜੀਤ ਕੌਰ ਸਾਡੀ ਭੈਣ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੇਸ਼ੱਕ ਭਾਈ ਸਾਹਿਬ ਨੇ ਮੈਂ ਇਹਨਾਂ ਦਾ ਬਹੁਤ ਰਿਣੀ ਹੈ ਸੰਗਤ ਦਾ ਬਹੁਤ ਰਿਣੀ ਹੈ ਕਿਉਂਕਿ ਕੁਦਰਤੀ ਤੌਰ 'ਤੇ ਹੁੰਦਾ ਹੈ ਇਹਦਾ ਪਰਮਾਤਮਾ ਦੇ ਹੱਥ ਬਸ ਜੋ ਹਾਲਾਤ ਬਣਦੇ ਹੈ ਮੈਂ ਭਾਈ ਸਾਹਿਬ ਪੌੜੀ ਦਾ ਪਾਠ ਅੱਧ ਨੀਂਦਰੇ ਜੇ 'ਚ ਕਰ ਰਿਹਾ ਸੀ ਅਤੇ ਜਦੋਂ ਇਹ ਘਟਨਾ ਵਾਪਰੀ ਤੁਹਾਡੀ ਇਲਾਕੇ ਦੀ ਕਿਰਪਾ ਸੰਗਤ ਦੀ ਕਿਰਪਾ ਮਿਹਰ ਤੇ ਤੁਹਾਡੇ ਅਰਗੇ ਮਹਾਰਥੀਆਂ ਵੱਲੋਂ ਅਰਦਾਸ ਕਾਮਨਾ ਤੇ ਅੱਜ ਸਾਡੀ ਭੈਣ ਤੇ ਜਿਹੜਾ ਰਿਸ਼ਤਾ ਸਾਡਾ ਕੋਟਲੀ ਅਬਲੂ ਨਾਲ ਇਸ ਪਿੰਡ ਨਾਲ ਬਹੁਤ ਨੇੜਤਾ ਦਾ ਹੈ ਮੈਂ ਚੰਡੀਗੜ੍ਹ ਬੈਠਾ ਕਹਿੰਦੇ ਅੱਜ ਟਾਂਕੇ ਕਟਾ ਲਓ ਮੈਂ ਕਿਹਾ ਵੀ ਨਹੀਂ ਭੋਗ ਅਟੈਂਡ ਕਰਕੇ ਉਹ ਤੋਂ ਬਾਅਦ ਸਤਿਗੁਰੂ ਬਖਸ਼ਿਸ਼ ਕਰਨ ਮੈਂ ਇੰਨੇ ਸ਼ਬਦਾਂ ਨਾਲ ਜ਼ਿਆਦਾ ਸਮਾਂ ਲੈ ਗਿਆ ਖਿਮਾ ਦਾ ਜਾ ਚੱਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਬੜੀ ਭਾਵਨਾ ਦੇ ਨਾਲ ਸਾਡੇ ਸਰਕਾਰ ਜੋ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਇਸ ਪਰਿਵਾਰ ਦੇ ਨਾਲ ਬਹੁਤ ਦੂਰੋਂ ਦੂਰੋਂ ਚੱਲ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਸੰਵੇਦਨਾ ਵਿਅਕਤ ਕੀਤੀ ਹੈ, ਜਿਨ੍ਹਾਂ ਦੇ ਵਿੱਚ ਪਿੰਡ ਕੋਟਲੀ ਦੀਆਂ ਸਾਰੀਆਂ ਪੰਚਾਇਤਾਂ 6 ਦੀਆਂ 6 ਪੰਚ ਸਰਪੰਚ ਸਾਰੇ ਇੱਥੇ ਵੀ ਮੌਜੂਦ ਹੈ, ਉਹਨਾਂ ਨੇ ਵੀ ਇਸ ਪਰਿਵਾਰ ਦੇ ਨਾਲ ਸਾਰਿਆਂ ਨੇ ਦੁੱਖ ਸਾਂਝਾ ਕੀਤਾ। ਰਾਮੇਆਣਾ ਤੋਂ ਪੰਚਾਇਤ, ਪਿੰਡ ਧੂਲਕੋਟ ਦੀ ਪੰਚਾਇਤ, ਜਿਨ੍ਹਾਂ ਦੇ ਵਿੱਚ ਪੱਪਾ ਸਿੰਘ ਜੀ ਚੀਮਾ ਜੋ ਕਿ ਸਰਦਾਰ ਮਨਜੀਤ ਸਿੰਘ ਬਾਦਲ ਦਾ ਸ਼ੋਕ ਪਤਾ ਲੈ ਕੇ ਆਏ ਆ, ਉਹ ਵੀ ਇੱਥੇ ਪਹੁੰਚੇ ਨੇ। ਪਿੰਡ ਗੁੜੀ ਸੰਗਤ ਦੀ ਪੰਚਾਇਤ, ਜਿਨ੍ਹਾਂ ਦੇ ਵਿੱਚੋਂ ਸ਼ੋਕ ਪਤਾ ਸਰਦਾਰ ਜਸਵੀਰ ਸਿੰਘ ਜੀ ਅਤੇ ਜਥੇਦਾਰ ਰੂਪ ਸਿੰਘ ਜੀ ਗੁੜੀ ਸੰਗਤ ਇੱਥੇ ਪਹੁੰਚੇ ਨੇ, ਉਹ ਵੀ ਇੱਥੇ ਹਾਜ਼ਰ ਨੇ। ਪਿੰਡ ਬੁੱਟਰ ਸ਼੍ਰੀ ਦੀ ਪੰਚਾਇਤ, ਪਿੰਡ ਕੌਣੀ, ਸਾਧ ਸੰਗਤ ਡੇਰਾ ਸੱਚਾ ਸੌਦਾ ਬਲਾਕ ਦੋਧਾ, ਸਰਦਾਰ ਮੱਥਾ ਸਿੰਘ ਜੀ ਸ਼ੋਕ ਪਤਾ ਲੈ ਕੇ ਆਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਔਰ ਸਰਦਾਰ ਗੁਰਭਗਤ ਸਿੰਘ ਜੀ ਪਲਾਈਆਣਾ ਔਰ ਨਾਲ ਸੰਗੂ ਧੌਣ ਤੋਂ ਵੀ ਸ਼ੋਕ ਪਤਾ ਲੈ ਕੇ ਪਹੁੰਚੇ ਹਨ। ਸਰਪੰਚ ਸਰਦਾਰ ਪੱਪੀ ਜੀ ਅਤੇ ਨਾਲ ਪੰਚਾਇਤ ਕੋਟ ਭਾਈ, ਉਹ ਵੀ ਇੱਥੇ ਮੌਜੂਦ ਨੇ, ਸ਼ੋਕ ਪਤਾ ਲੈ ਕੇ ਪਹੁੰਚੇ ਨੇ। ਬਾਬਾ ਜੀ ਅਤੇ ਸਮੂਹ ਸੇਵਾਦਾਰ ਗਊਸ਼ਾਲਾ ਕੋਟਲੀ ਅਬਲੂ ਔਰ ਸਾਡੇ ਸਰਕਾਰ ਜੋ ਮਾਤਾ ਗੁਰਦਿਆਲ ਕੌਰ ਜੀ ਮੱਲਣ, ਉਹ ਵੀ ਇੱਥੇ ਪਹੁੰਚੇ ਨੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਮਾਸਟਰ ਬਲਜੀਤ ਸਿੰਘ ਜੀ ਮੱਲਣ, ਸਰਦਾਰ ਗੁਰਦਾਸ ਸਿੰਘ ਜੀ ਬਾਦਲ ਸਾਹਿਬ ਦੇ ਪੀਏ ਜਗਦੀਪ ਸਿੰਘ ਜੀ ਕਾਲਾ ਸੋਢੀ, ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਸ਼ੁਕ ਮਤਾ ਲੈ ਕੇ ਉਹਨਾਂ ਨੇ ਆਪਣੀ ਹਾਜ਼ਰੀ ਪਾਈ ਹੈ। ਪਿੰਡ ਭਲਾਈਆਣਾ ਦੀ ਪੰਚਾਇਤ ਜੋ ਕਿ ਸਰਦਾਰ ਜਸਵੀਰ ਸਿੰਘ ਜੀ ਸਰਪੰਚ ਲੈ ਕੇ ਆਏ ਨੇ ਔਰ ਸ਼ੋਕ ਮਤਾ ਆਇਆ ਹੈ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਭਾਈ, ਜਿਨ੍ਹਾਂ ਦੇ ਨਾਲ ਸਾਹਿਬ ਚੰਦ ਚੋਟੀਆਂ ਖਿੜਕੀਆਂ ਵਾਲਾ ਦੋਧਾ ਤੋਂ ਸਰਦਾਰ ਜਗਦੀਸ਼ ਕਟਾਰੀਆ ਜੀ ਸ਼ੁਕ ਮਤਾ ਲੈ ਕੇ ਆਏ ਨੇ। ਗਿੱਦੜਬਾਹਾ, ਦੌਲਾ, ਪਿਆਰੀ, ਪਿਓਰੀ, ਭੁੱਟੀ ਵਾਲਾ, ਗਿਰਜੇ ਵਾਲਾ, ਦੂਹੇ ਵਾਲਾ, ਕੰਮੇ ਆਣਾ ਔਰ ਪੱਤਰਕਾਰ ਭਾਈਚਾਰਾ, ਜਿਨ੍ਹਾਂ ਦੇ ਵਿੱਚ ਸਰਦਾਰ ਹਰਨੇਕ ਸਿੰਘ ਜੀ ਮੱਲਣ ਔਰ ਅਜੀਤ ਪੱਤਰਕਾਰ ਦੇ ਰਵੀਪਾਲ ਦੋਧਾ ਜੀ, ਉਹ ਵੀ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਨ। ਸੋ ਸਮਾਂ ਬਹੁਤ ਹੋ ਗਿਆ, ਮੈਂ ਬੇਨਤੀ ਕਰਦਾ ਸਰਦਾਰ ਗੁਰਮੀਤ ਸਿੰਘ ਜੀ ਖੁੱਟੀਆਂ ਸਾਹਿਬ ਕਿ ਉਹ ਵੀ ਆਪਣੀ ਮਾਤਾ ਜੀ ਨੂੰ 2-4 ਮਿੰਟਾਂ ਵਾਸਤੇ ਸ਼ਰਧਾ ਦੇ ਫੁੱਲ ਭੇਟਾ ਕਰਨਗੇ। ਸਰਦਾਰ ਗੁਰਮੀਤ ਸਿੰਘ ਜੀ ਖੁੱਟੀਆਂ ਸਾਹਿਬ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਪਾਵਨ ਪਵਿੱਤਰ ਹਜ਼ੂਰੀ ਵਿਰਾਜਮਾਨ, ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ ਆਪਣੀ ਸੰਸਾਰਿਕ ਜ਼ਿੰਦਗੀ ਪੂਰੀ ਕਰਕੇ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਇਸ ਨਗਰ ਨੂੰ, ਸਾਧ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇਣਗੇ। ਜਿਵੇਂ ਜਿਵੇਂ ਰਿਸ਼ਤਾ ਹੈ ਉਵੇਂ ਉਵੇਂ ਉਹਨਾਂ ਦਾ ਦੁੱਖ, ਬੱਚਿਆਂ ਲਈ, ਜਸਵਿੰਦਰ ਹੋਰਾਂ ਲਈ, ਜਸਵੀਰ ਹੋਰਾਂ ਲਈ, ਸਾਡੀਆਂ ਭੈਣਾਂ ਲਈ, ਦੂਸਰੇ ਭਰਾ ਲਈ, ਮਾਂ ਵਰਗਾ ਕਿਤੋਂ ਵੀ ਪਿਆਰ ਨਹੀਂ ਮਿਲ ਸਕਦਾ। ਅਤੇ ਮਾਂ ਹੀ ਇੱਕ ਹੈ ਜਿਹੜੀ ਸਾਡੀ ਲੱਖ ਗੁਣਾ ਮਾਫ ਕਰ ਦਿੰਦੀ ਹੈ। ਉਹ ਦੁਨੀਆਂ 'ਤੇ ਕੋਈ ਗੁਰੂਆਂ ਤੋਂ ਬਿਨਾਂ ਇਹ ਇਨਸਾਨ ਨਹੀਂ ਬਣਿਆ ਜਿਹੜਾ ਸਾਡੇ ਗੁਣਾਹਾਂ ਨੂੰ ਮਾਫ ਕਰ ਦੇਵੇ। ਅਸੀਂ ਬੇਝਿਜਕਾ ਹੋ ਕੇ ਵੀ ਸਾਤੋਂ ਕਿੱਡੀ ਵੱਡੀ ਕੋਈ ਭੁੱਲ ਗਲਤੀ ਹੋਈ ਹੋਵੇ, ਆਪਣੇ ਮਾਪਿਆਂ ਦੇ ਕੋਲ ਆ ਕੇ ਜਦੋਂ ਉਹਦੀ ਮਾਫ਼ੀ ਮੰਗਦੇ ਹਾਂ, ਕਦੇ ਕਿਸੇ ਵੀ ਮਾਂ ਦੇ ਮੂੰਹ 'ਚੋਂ ਬਾਅਦ ਵਿੱਚ ਇਹੋ ਜਿਹੀ ਗੱਲ ਨਹੀਂ ਨਿਕਲੀ ਕਿ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦੀ। ਐਡੀ ਵੱਡੀ ਜਿਹੜੀ ਸ਼ਕਤੀ, ਜਿਹਦਾ ਆਸਰਾ, ਜੀ ਦੀਆਂ ਅਸੀਸਾਂ ਹਮੇਸ਼ਾ ਲਈ ਪਰਿਵਾਰ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਹਮੇਸ਼ਾ ਜਿਹੜੀ ਮਾਂ ਪਰਿਵਾਰ ਦੀਆਂ ਸੁੱਖਾਂ ਸੁੱਖਦੀ ਹੈ, ਉਹ ਘਰ ਪਰਿਵਾਰ ਤੋਂ ਉਹਨਾਂ ਦਾ ਹੱਥ ਚੱਕਿਆ ਗਿਆ, ਸਾਰੇ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ। ਮਾਵਾਂ ਠੰਡੀਆਂ ਛਾਵਾਂ ਵੀ ਕਿਹਾ ਜਾਂਦਾ, ਮਾਂ ਰੱਬ ਦੇ ਨਾਂ ਤੋਂ ਵੀ ਕੋਈ ਘੱਟ ਨਹੀਂ। ਰੱਬ ਵਾਸਤੇ ਵਿੱਚ ਕਿਸੇ ਨੇ ਸ਼ਾਇਦ ਵੇਖਿਆ ਨਹੀਂ, ਮਾਂ ਹਰੇਕ ਇਨਸਾਨ ਨੇ ਆਪਣੀ ਵੇਖੀ ਔਰ ਮਾਂ 'ਚੋਂ ਹੀ ਰੱਬ ਦਿਸਦਾ। ਸਾਰੇ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ। ਮੈਂ ਉਸ ਦੁੱਖ ਵਿੱਚ ਆਪਣੇ ਵੱਲੋਂ ਆਪਣੀ ਪਰਿਵਾਰਕ ਸਾਂਝ ਬਹੁਤ ਪੁਰਾਣੀ, ਮੈਂ ਕਹਾਂ ਮੇਰੀ ਸੁਣ ਤੋਂ ਪਹਿਲਾਂ ਹੀ ਜਥੇਦਾਰ ਸਾਹਿਬ ਹੋਰਾਂ ਦੀ, ਸਰਪੰਚ ਸਾਹਿਬ ਹੋਰਾਂ ਦੀ, ਸਰਦਾਰ ਨਰਪੈਲ ਸਿੰਘ ਹੋਰਾਂ ਦੀ, ਇਹਨਾਂ ਦੇ ਸਾਰੇ ਪਰਿਵਾਰ ਦੀ, ਕੋਟਲੀ ਵਾਲੇ ਪਰਿਵਾਰ ਦੀ ਬਹੁਤ ਗੂੜੀ ਸਾਂਝ ਹੈ। ਮੈਂ ਇਸ ਦੁੱਖ ਵਿੱਚ ਆਪਣਾ ਦੁੱਖ ਸਮਝਦਾ ਆਪਣੇ ਪਰਿਵਾਰ ਵੱਲੋਂ, ਨਾਲ ਜ਼ਿਲ੍ਹਾ ਇਕਾਈ ਵੱਲੋਂ, ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਂ 'ਤੇ ਦੁੱਖ ਵਿੱਚ ਸਾਂਝ ਪਾ ਰਿਹਾ। ਸਤਿਗੁਰਾਂ ਦੇ ਚਰਨਾਂ 'ਚ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ, ਮੈਂ ਉਹਦੇ ਵਿੱਚ ਸ਼ਾਮਿਲ ਹੈ। ਬਹੁਤ ਸਾਰੀਆਂ ਗੱਲਾਂ
भाई जी ने सरदार जगवीर सिंह बराड़ होरां ने भी कीतियां कुर्बानियां बहुत सेवादार के रूप में लोगों के दुख दर्दों को जानने वाला हरेक दुख सुख में अगे हो के जिहड़े लोग जुदा के घोलों में अगे हो के परिवार हमेशा इस संघर्ष अपना वड्डा योगदान पाउंदा रहा है। वाहिगुरु मेहर प्रयात रखे सारे परिवार की कृपा रखे। माता जी ने चले जाना जो सतगुरों के हाथ में है आप सारे दुख ही मिटा सकते हैं ज सतगुरों के चरणों अरदास कर सकते हैं। वाहिगुरु अकाल पुरख मेहर प्रयात रखे परिवार को भाणा मनण का बल बखशे उन्होंने अपने चरणों सुरग निवास स्थान देवे। वाहिगुरु जी का खालसा वाहिगुरु जी की फतह। सरदार नरपैन सिंह जी के परिवार नाल दुख साझा किया है और पिछलियां यादां नूं भी ताज़ा किया है और इस परिवार के नाल जो हाजिरी लगा के गए ने दुख साझा करके गए ने उन्होंने सरदार सुखविंदर सिंह सरपंच सुखना जो कि ब्लाक प्रधान कमेटी ने सरदार निंदर सिंह जी कौमी यूथ जनरल सैकटरी पंजाब सरदार रणवीर सिंह जी XMLA MC सरदार मलकीत सिंह जी बठिंडा और इतने मौजूद ने सरदार दुलचा सिंह जी सुखना सरदार भजन सिंह जी बराड़ और हैप्पी खेड़ा जी जो कि निजी सैकटरी ने सरदार बराड़ साहब के जनरल सैकटरी ऑल इंडिया जट महा साहब के हरभजन सिंह बराड़ जी और इतने ने और शोक मत आया है DRS सीनियर सैकेंडरी स्कूल कौनी जो कि सरदार निहाल सिंह जी शोक मत लेके आए हैं और सचखंड सीनियर सैकेंडरी स्कूल भलाइया सरदार गुरजीत सिंह जी लेके आए हैं और इतने मौजूद ने सरदार गुरजीत सिंह जी ढिडों साहब और पंजाब नंबरदार यूनियन वालों भी शोक मत आया है। हरपाल सिंह जी बराड़ साहब तरीके तरह लेके आए हैं शोक मत और अमरजीत सिंह जी चेयरमैन साहब वह भी इस परिवार के विशेष तौर पर इतने पहुँचे ने सारे का इतने पहुँचने से मैं धन्यवाद करना और बेनती करना लास्ट के सरदार जो कि अपने हल्के के नुमाइंदे राजा अमरिंदर सिंह जी बड़े वो आई हुई संगत का परिवार वालों ने धन्यवाद भी करेंगे और माता जी ने शरदा के फुल भी भेटा करेंगे। सरदार अमरिंदर सिंह जी राजा बड़े बहुत ही सत्कारयोग माता जी सरदारनी सरजीत कौर जी की अंतम अरदास बेटी साध संगत जी सब तो पहला फतेह अर्ज करना है। वाहिगुरु जी का खालसा श्री वाहिगुरु जी की फतेह। मरण लिखाए मंडल में आए के महावाका अनुसार हर इंसान ने एक ना एक दिन इस दुनिया तो चले जाना है जड़ी की अटल सच्चाई है कड़वा सच है लेकिन कदों कितने कि उम्र जाना है की जिंदगी घालना वा घाल के जानी है इस गल की किसी को वाकफियत नहीं हुई। और मैं हमेशा बोल दिया गल कहने मौत अचनचेत आती है और जिस घर भी आती है उस घर का सब कुछ उल्टा पुलटा करके रख दी है। मौत भावें माँ की हुई होत भावें दादे ते दादी की हुई हो नौजवान की हुई हो 100 वरे तो भी उम्र वड्डी भोग के गई साड़ी बेबे या बापू उन्हों का दुख हमेशा थाओं थाई दर्सा रहा है। भाई साहब भाई सूबा सिंह जी ने सानू विराग भाई कीर्तन राही जिंदगी दे जौन मरण के फलसले तो जाणू करवाया। ज्यादा कुछ नहीं कहना काफी समा हो गया पर एक गल जरूर कहनी चाहना किसी ने बिल्कुल ठीक लिखते हैं लिखारी गवैये ठीक गाँवे हैं मावं ठंडिया छावं छावं कौन करे मां वर्गा पछावा बूटा कौन खवाऊ चोरिया नहीं मां तेरे बल जाओ मां आप किले च सौंदी है आपके बच्चे सुखे च पा ते मां ही यह परमात्मा ने कृपा की आदमी नहीं कृपा हुई ये औरत पर कृपा हुई है कि 9 महीने गर्भ च रख के आपके बच्चे नित जिंदी है नित मरती है फिर जन्म देती है तो जो 9 महीने बाद आपके बच्चे का शकल से सूरत देखती है वो सारा दर्द से पीड़ा उदो खत्म हो जाती है। ये वो मां वैसे तो कोई मां हो देना ही नहीं दे सकते हैं लेकिन जितों तक मेरे माता जी सुरजीत कौर जी की गल है ठीक है बराज साहब होर ने कुड़िया साहब होर ने 1980 तो लैके अज तक 77 75 76 साल की उम्र तक
ਇੱਕ ਦੁਨਿਆਵੀ ਲੋਕ ਹੈ, ਸਾਡੀਆਂ ਅਨੇਕਾਂ ਘਰਾਂ 'ਚ ਜਾਂਦੇ ਹਾਂ ਅਸੀਂ, ਔਰ ਜਿੱਥੇ ਸਾਨੂੰ ਮਾਵਾਂ ਅਤੇ ਬਜ਼ੁਰਗ ਸਾਨੂੰ ਆਪਦਾ ਪੁੱਤ ਬਣਾ ਕੇ ਪਿਆਰ ਕਰਦੇ ਆ। ਲੇਕਿਨ ਸਰਦਾਰਨੀ ਸੁਰਜੀਤ ਕੌਰ ਸਾਡੀ ਮਾਤਾ ਜੀ ਕਦੇ ਮੱਥੇ 'ਤੇ ਤਿਉੜੀਆਂ ਨਹੀਂ ਵੇਖੀਆਂ, ਇੱਕ ਗੱਲ ਦਾ ਹਮੇਸ਼ਾ ਗਿਲਾ ਕਰਦੇ ਸੀ। ਇਹ ਨਹੀਂ ਕਿਹਾ ਕਿ ਸਾਡੇ ਮੁੰਡੇ ਨੂੰ ਨੌਕਰੀ ਨਹੀਂ ਲਵਾਈ, ਮੇਰੇ ਪੁੱਤ ਨੂੰ ਨਹੀਂ ਲਵਾਈ, ਮੇਰੇ ਪੋਤਰਿਆਂ ਨੂੰ ਨਹੀਂ ਲਵਾਈ। ਅਸੀਂ ਅੱਜ ਕੱਲ੍ਹ ਰੋਜ਼ ਬੰਦੇ ਪਾਰਟੀਆਂ ਬਦਲਦੇ ਆ, ਔਰ ਆਉਣ ਵਾਲਾ ਜ਼ਮਾਨਾ ਆ ਜਾਏਗਾ ਕਿ ਹਰ ਸਾਲ ਪਾਰਟੀ ਬਦਲਿਆ ਕਰਨਗੇ। ਐਸਾ ਮਾਹੌਲ ਹੈ ਕਿਉਂਕਿ ਲੋਕ ਕੰਮਾਂ ਕਾਰਾਂ ਨਾਲ, ਅਗਲਾ ਕਹਿੰਦਾ ਮੋਟਰ ਲਵਾਤੀ ਚੱਲੇ ਹਾਂ, ਉਹ ਕਹਿੰਦਾ ਨਲਕਾ ਲਾ ਕੇ ਆਪਾਂ ਚੱਲੇ। ਸੋ ਇੱਕ ਗੱਲ ਮੇਰੀ ਮਾਂ ਮੇਰੇ ਨਾਲ ਰੋਜ਼ ਕਰਨੀ ਸੀ ਜਦੋਂ ਮੈਂ ਹੁੰਦਾ ਸੀ, ਔਰ ਬਰਾੜ ਸਾਹਿਬ ਤਾਂ 1980 ਤੋਂ ਇਹਨਾਂ ਜਾਣਦੇ ਆ, ਗਿਲਾ ਕਿ ਤੂੰ ਲੇਟ ਮਿਲਣ ਆਇਆ, ਮਿਲਣ ਲੇਟ ਆਇਆ, ਕਦੇ ਨਹੀਂ ਕਿਹਾ ਮੇਰੇ ਮੁੰਡੇ ਦਾ ਆਹ ਕੰਮ ਕਰਦੀ, ਸਾਡਾ ਆਹ ਕੰਮ ਕਰਦੀ, ਸਾਨੂੰ ਆਹ ਲਵਾ ਦੀ, ਆਹ ਸਾਡੀ ਫਲਾਨਾ ਕੰਮ ਕਰ। ਇੱਕ ਵਾਰੀ ਮੈਨੂੰ ਤਾਂ 12-15 ਸਾਲਾਂ ਦੀ ਜਦੋਂ ਦਾ ਮੇਲ ਪਲਾਪ ਸੀ, ਇੱਕ ਵਾਰੀ ਮੰਗਿਆ। ਔਰ ਇਹੋ ਜਿਹੇ ਲੋਕ ਮੈਨੂੰ ਲੱਗਦਾ ਰੱਚੀਆਂ ਰੂਹਾਂ ਵਾਲੀਆਂ ਸਾਡੀਆਂ ਮਾਵਾਂ ਅੱਜ ਦੇ ਜ਼ਮਾਨੇ 'ਚ ਖਤਮ ਹੁੰਦੀਆਂ ਜਾਂਦੀਆਂ, ਖਤਮ ਹੁੰਦੇ ਜਾਂਦੇ ਹੈ ਇਹੋ ਜਿਹੇ ਪਰਿਵਾਰ ਰਚੀਆਂ ਰੂਹਾਂ। ਸੋ ਮੈਂ ਇਹੀ ਗੱਲ ਇੱਥੋਂ ਸੇਧ ਲੈਣ ਦੀ ਲੋੜ ਹੈ ਕਿ ਜ਼ਮਾਨਾ ਬਦਲ ਰਿਹਾ, ਸੋ ਇਹੋ ਜਿਹੇ ਪਰਿਵਾਰ ਅੱਜ ਵੀ ਇਹੋ ਜਿਹੇ ਪਰਿਵਾਰਾਂ ਦੀ ਕਿਰਪਾ ਦੇ ਸਦਕਾ ਸਾਡੇ ਅੱਗੇ ਲੋਕ ਤੇ ਇਹ ਸਮਾਜ ਟਿਕਿਆ ਗਿਆ। ਮੈਂ ਆਪਦੇ ਤਿੰਨਾਂ ਭਰਾਵਾਂ ਦਾ, ਖਾਸ ਕਰਕੇ ਭਾਈ ਜਸੀਰ ਦਾ, ਭਾਈ ਜਸਵਿੰਦਰ ਗੁਰਾ ਦਾ, ਸਾਡੀਆਂ ਭੈਣਾਂ ਦਾ, ਧੀਆਂ ਦਾ, ਬਹਿਬਲ ਵਾਲੇ ਸਾਡੇ ਬਾਈ ਦਾ, ਸਾਰਿਆਂ ਦਾ ਇੰਨਾ ਸ਼ੁਕਰ ਗੁਜ਼ਾਰ ਹੈ ਕਿ ਉਹਨਾਂ ਨੇ ਅੱਜ ਤੋਂ 8 ਸਾਲ ਪਹਿਲਾਂ, 9 ਸਾਲ ਪਹਿਲਾਂ ਜਦੋਂ ਮਾਤਾ ਜੀ ਬਿਮਾਰ ਸੀ, ਆਪਦੀ ਮਾਂ ਨੂੰ ਤੱਤੀ ਵਾਹ ਨਹੀਂ ਲੱਗ ਰਹੀ, ਠੀਕ ਹੈ ਚਲੇ ਸਭ ਨੇ ਜਾਣਾ, ਲੇਕਿਨ ਦੇਖ ਰੇਖ ਸਾਂਭ ਸੰਭਾਲ ਮੈਂ ਸਮਝਦਾ ਕਿ ਜਿਹੜੇ ਪੁੱਤ ਕਰਦੇ ਉਹਨਾਂ ਦੀਆਂ ਲੋਕ ਵਡਿਆਈਆਂ ਕਰਦੇ ਆ, ਐਵੇਂ ਗੁਰਦੁਆਰੇ ਮੰਦਰ ਮਸਜਿਦ ਡੇਰੇ ਮੇਰੇ ਅੱਗੇ ਝਾੜੂ ਲਾਉਂਦੇ ਫਿਰਦੇ ਆ। ਜੇ ਟਾਈਮ ਹੋਵੇ ਤਾਂ ਜਾਣ ਜ਼ਰੂਰ, ਲੇਕਿਨ ਆਪਦੀ ਮਾਂ ਅਤੇ ਬਾਪ ਦੀ ਜਿਹੜੇ ਲੋਕ ਸੇਵਾ ਕਰ ਲੈਂਦੇ ਆ, ਅਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਸੱਚਖੰਡ ਦੇ ਵਿੱਚ ਆਪਣੇ ਆਪ ਜਗ੍ਹਾ ਮਿਲ ਜਾਂਦੀ ਹੈ, ਉਹਨੂੰ ਕੋਈ ਜਗ੍ਹਾ ਕੋਈ ਗਵਾ ਨਹੀਂ ਸਕਦਾ। ਸੋ ਬਹੁਤ ਵੱਡਾ ਘਾਟਾ ਪਿਆ ਸਾਡੇ ਪਰਿਵਾਰ ਨੂੰ, ਸਰਦਾਰ ਰਣਪੈਰ ਸਿੰਘ ਜੀ ਨਾਲ ਘੱਟ ਵਰਤਣ ਦਾ ਮੌਕਾ ਮਿਲਿਆ, ਛੋਟੇ ਜਿਹੇ ਹੁੰਦੇ ਸੀ ਰਾਜ ਸਾਹਿਬ ਹੋਰਾਂ ਨਾਲ ਹੀ ਵੇਖਿਆ, ਲੇਕਿਨ ਲੋਕ ਇੱਕ ਵੀ ਬੰਦਾ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਸਰਦਾਰ ਰਣਪੈਰ ਸਿੰਘ ਦਲੇਰ ਨਹੀਂ ਸੀ ਅਤੇ ਜਵਾਨ ਦਾ ਪੱਕਾ ਨਹੀਂ ਸੀ। ਸੋ ਮੈਂ ਸਮਝਦਾ ਪਿਤਾ ਭਰਪੂਤ ਗੋੜੇ ਤੇ ਗੋੜਾ, ਬਹੁਤੇ ਨਹੀਂ ਤੇ ਥੋੜਾ ਥੋੜਾ, ਉਹੀ ਕਿਰਪਾ ਮੇਰੇ ਭਰਾਵਾਂ 'ਤੇ ਹੈ, ਇਹਨਾਂ ਨੇ ਵੀ ਆਪਦੀ ਤੋੜ ਲਵਾਈ ਹੈ, ਲੜ ਲੈਣਗੇ, ਗੁੱਸੇ ਹੋ ਜਾਣਗੇ ਮਾੜਾ ਮੋਟਾ ਉਹਨਾਂ ਗੱਲ, ਲੇਕਿਨ ਜਿੱਥੇ ਖੜ੍ਹੇ ਹੈ ਉੱਥੋਂ ਫਿਰ ਲਕੀਰ ਖਿੱਚਦੀ ਹੈ ਪਿੱਛੇ ਵੀ ਹੁੰਦੇ। ਸੋ ਇਹ ਇਸ ਪਰਿਵਾਰ ਦੀ ਖਾਸੀਅਤ ਹੈ। ਮੈਂ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਂ ਆਈ ਹੋਈ ਸਾਧ ਸੰਗਤ ਨੂੰ ਧੰਨਵਾਦ ਕਰਦਾ ਕਿ ਜਿੰਨੇ ਕਦਮ ਤੁਸੀਂ ਇਸ ਦੁੱਖ ਦੇ ਸਮੇਂ 'ਚ ਤੁਸੀਂ ਚੱਲ ਕੇ ਆਏ ਹੋ, ਸਾਡੇ ਪਰਿਵਾਰ ਦੇ ਸਾਰਿਆਂ ਦੇ ਸਿਰ ਮੱਥੇ ਦੁੱਖ ਵੰਡਾਇਆ ਘੱਟ ਜਾਂਦਾ, ਖੁਸ਼ੀ ਵੰਡਿਆ ਵੱਧ ਜਾਂਦੀ ਹੈ, ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਅੰਤ ਵਿੱਚ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸਰੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਪਰਮਾਤਮਾ ਕਿਰਪਾ ਕਰਨ, ਸਾਡੇ ਮਾਤਾ ਜੀ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਮੇਰੇ ਭਰਾਵਾਂ ਨੂੰ, ਭੈਣਾਂ ਨੂੰ, ਦੋਤਿਆਂ ਨੂੰ, ਪੋਤਰਿਆਂ ਨੂੰ, ਪੋਤਰੀਆਂ ਨੂੰ, ਨੋਹਾਂ ਨੂੰ ਭਾਵਨਾ ਨੂੰ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲੰਗਰ ਪ੍ਰਸ਼ਾਦੇ ਦੀ ਰਸਮ ਹਾਜ਼ਰ ਹੈ, ਤੁਸੀਂ ਸਾਰਿਆਂ ਨੇ ਕਿਰਪਾ ਕਰਕੇ ਛੱਕ ਕੇ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਕੀਰ ਦਾਸ ਜੀ ਅਤੇ ਬਾਬਾ ਜੀ, ਜੋ ਪਰਿਵਾਰ ਵੱਲੋਂ ਸਾਡੇ ਧਾਰਮਿਕ ਸਥਾਨਾਂ ਨੂੰ ਯਥਾ ਜੋ ਮਾਇਆ ਦਾਨ ਕੀਤੀ ਹੈ, ਉਹ ਆ ਕੇ ਤੁਸੀਂ ਦਿਓ ਜੀ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਾਹਿਬ ਕੋਠੀ ਢਾਬਾ ਵਾਲੇ ਉਹਦੀ ਜਿਹੜੀ ਕਮੇਟੀ ਹੈ ਪ੍ਰਧਾਨ, ਉਹ ਆ ਕੇ ਲੈ ਲੈਣ ਜੀ, ਜਾਂ ਤੁਸੀਂ ਦੂਸਰਾ ਹੈ ਜੀ ਅਨੰਤ ਪਾਰਕ ਕੋਠੀ ਢਾਬਾ ਵਾਲੇ, ਤੇ ਤੀਸਰਾ ਹੈ ਗਊਸ਼ਾਲਾ ਜੀ ਆਪਣੀ ਕੋਟਲੀ ਵਾਲੀ, ਤੇ ਚੌਥਾ ਹੈ ਟੱਲਾ ਭਗਤ ਪੂਰਨ ਸਿੰਘ ਕੋਠੀ ਢਾਬਾ ਵਾਲੇ। ਇਹ ਚਾਰ ਥਾਵਾਂ 'ਤੇ ਜਿਹੜੀ ਹੈ ਇਹ ਪਰਿਵਾਰ ਵੱਲੋਂ ਆਪਣੀ ਇੱਛਾ ਮੁਤਾਬਕ ਜਿਹੜਾ ਦਾਨ ਕੀਤਾ ਗਿਆ ਹੈ। ਇਹ ਬਾਬਾ ਜੀ ਦੇ ਕੋਲ ਹੈ,
ਬਾਬਾ ਮਨਕੀਤਾ ਸੀ ਇਹਨਾਂ ਕੋਲ ਹੈ ਜਿਹੜੇ ਵੀ ਕਿਸੇ ਨੇ ਪਤਾ ਨੇ ਜਾਂ ਕਮੇਟੀ ਦੇ ਜ਼ਿੰਮੇਵਾਰ ਨੇ ਉਹ ਇਹਨਾਂ ਤੋਂ ਬਾਬਾ ਜੀ ਤੁਸੀਂ ਬੈਠ ਜਾਓ ਅਤੇ ਬਾਤ ਕਰ ਲੈਣੀ ਬਾਬਾ ਚ ਲੈ ਜਾਓ। ਸੋ ਹੁਣ ਸਾਰੀ ਸਤ ਸੰਗਤ ਨੇ ਗੁਰੂ ਮਹਾਰਾਜ ਜੀ ਦੀ ਪਵਿੱਤਰ ਦੇਗ ਵਰਤਦੀ ਹੈ, ਸਾਰਿਆਂ ਨੇ ਦੇਗ ਲੈਣੀ ਹੈ। ਉਸ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਹੈ, ਪਹਿਲਾਂ ਸਰਕਾਰ ਦੇ ਵੀਰਾਂ ਨੇ ਲੰਗਰ ਛਕਣਾ ਹੈ। ਔਰ ਖਾਸ ਕਰਕੇ ਇੱਥੇ ਪਹੁੰਚੇ ਨੇ ਸਰਦਾਰ ਕਰਮਜੀਤ ਸਿੰਘ ਜੀ ਗਹਿਰੀ ਜੋ ਕਿ ਪ੍ਰਧਾਨ ਨੇ ਪੰਜਾਬ ਦੇ, ਔਰ ਉਹਨਾਂ ਦਾ ਮੈਂ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਪਰਿਵਾਰ ਵੱਲ। ਨਾਲ ਹੀ ਸਰਦਾਰ ਰਿੰਦਰ ਸਿੰਘ ਜੀ ਕੌਣੀ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਚੰਦ ਸਿੰਘ ਮੈਂਬਰ ਸਾਹਿਬ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਜੋ ਕਿਰਜੀਤ ਸਿੰਘ ਗਹਿਰੀ ਨੇ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਜੀ। ਬੋਲਦਿਆਂ ਚੱਲਦਿਆਂ ਗੁਰਬੰਧ ਘੱਟ ਬੋਲਿਆ ਗਿਆ ਹੋਵੇ ਤਾਂ ਸਾਰੀ ਸਤ ਸੰਗਤ ਤੋਂ ਮਾਫ਼ੀ ਮੰਗਦੇ ਹਾਂ, ਕਿਉਂਕਿ ਇਨਸਾਨ ਧਰਤੀ ਦਾ ਪੁਤਲਾ ਹੈ। ਫਿਰ ਵੀ ਜੋ ਸਤ ਸੰਗਤ ਹੈ ਬਖਸ਼ ਯੋਗ ਹੁੰਦੀ ਹੈ। ਸਾਡੀ ਸਰਕਾਰ ਜੋ ਮਾਤਾ ਜੀ ਦਾ ਤੁਸੀਂ ਸ਼ਰਧਾ ਦੇ ਪੁਰ ਬੇਟਾ ਕਰਨਾ ਹੈ, ਤੁਹਾਡਾ ਬਹੁਤ ਬਹੁਤ ਪਰਿਵਾਰ ਵੱਲੋਂ ਇੱਕ ਵਾਰ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।